ਸ੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਹੁਣੇ ਹੁਣੇ ਪੰਜਾਬ ਦੇ 10 ਜ਼ਿਲ੍ਹਿਆਂ ਬਾਰੇ ਆਈ ਵੱਡੀ ਖਬਰ, ਲੋਕਾਂ ਨੂੰ ਪਈ ਚਿੰਤਾ। ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਪੰਜਾਬ ਦੇ ਵਿੱਚ ਟੀਕਾਕਰਨ ਮੁਹਿੰਮ ਰਫ਼ਤਾਰ ਨਹੀਂ ਫੜੀ ਪਾ ਰਹੀ। ਹਲਕੇ ਹਫ਼ਤੇ ਦੇ ਵਿੱਚ ਮੁਸ਼ਕਲ ਨਾਲ ਇੱਕ ਦਿਨ 'ਚੋਂ ਹੀ ਵੈਕਸੀਨੇਸ਼ਨ ਦਾ ਅੰਕੜਾ 1 ਲੱਖ ਤੋਂ ਉੱਪਰ ਜਾ ਰਿਹਾ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਹੁਣ ਤੱਕ 1 ਕਰੋੜ ਦੀ ਆਬਾਦੀ ਵੀ ਕਵਰ ਨਹੀਂ ਹੋ ਪਾ ਰਹੀ। ਸਿਰਫ 80 ਲੱਖ ਲੋਕਾਂ ਨੂੰ ਹੀ ਟੀਕਾ ਲੱਗਾ। ਹੁਣ 16 ਜ਼ਿਲ੍ਹਿਆਂ 'ਚੋਂ ਵੈਕਸੀਨ ਦਾ ਸਟਾਕ ਖਤਮ ਹੋ ਗਿਆ, ਜਦਕਿ 7 ਹੋਰ ਜ਼ਿਲ੍ਹਿਆਂ ਦੇ ਵਿੱਚ 2 ਦਿਨ ਦਾ ਹੀ ਸਟਾਕ ਬਾਕੀ ਆ। ਨਵੀਂ ਖੇਪ ਨਾ ਆਉਣ ਦੇ ਕਾਰਨ ਸੰਕਟ ਵੱਧ ਗਿਆ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੈਕਸੀਨ ਖਤਮ ਹੋ ਗਈ ਆ ਉਹਨਾਂ ਦੇ ਵਿੱਚ ਲੁਧਿਆਣਾ, ਅੰਮ੍ਰਿਤਸਰ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਮਾਨਸਾ, ਪਠਾਨਕੋਟ, ਗੁਰਦਾਸਪੁਰ, ਰੂਪਨਗਰ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਕਪੂਰਥਲਾ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ ਅਤੇ ਮੋਗਾ ਸ਼ਾਮਲ ਹਨ। ਕਈ ਜ਼ਿਲ੍ਹਿਆਂ ਦੇ ਵਿੱਚ ਵੀਰਵਾਰ ਨੂੰ ਮੁਹਿੰਮ ਵਿਚਾਲੇ ਹੀ ਰੋਕਣੀ ਪਈ। ਕਪੂਰਥਲਾ 'ਚ ਤਾਂ 10 ਟੀਕਿਆਂ ਤੋਂ ਬਾਅਦ ਹੀ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ। ਪਠਾਨਕੋਟ ਦੇ ਵਿੱਚ 377 ਡੋਜ਼ ਹੀ ਲੱਗ ਸਕੀਆਂ। ਬਠਿੰਡਾ ਵਿੱਚ 10 ਜੁਲਾਈ ਤੱਕ ਸਪਲਾਈ ਆਉਣ ਦੀ ਉਮੀਦ ਹੈ। ਫਾਜ਼ਿਲਕਾ ਵਿੱਚ 250 ਲੋਕਾਂ ਨੂੰ ਟੀਕਾ ਲਾਉਣ ਤੋਂ ਬਾਅਦ ਅਚਾਨਕ ਵੈਕਸੀਨ ਖਤਮ ਹੋ ਗਈ, ਜਦੋਂ ਕਿ ਅਬੋਹਰ ਦੇ ਵਿੱਚ 8 ਥਾਵਾਂ 'ਤੇ ਲੱਗਣ ਵਾਲੇ ਕੈਂਪ ਰੱਦ ਕਰਨੇ ਪਏ। ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਅੰਮ੍ਰਿਤਸਰ ਦੇ ਵਿੱਚ ਵੀ ਵੈਕਸੀਨ ਦੀ ਸਪਲਾਈ ਨਾ ਆਉਣ ਦੇ ਕਾਰਨ ਲੋਕ ਟੀਕਾਕਰਨ ਕੇਂਦਰਾਂ 'ਤੇ ਭਟਕਦੇ ਰਹੇ। ਮੁਕਤਸਰ 'ਚ 2600, ਰੂਪਨਗਰ 'ਚ 1900, ਬਠਿੰਡਾ ਦੇ ਵਿੱਚ 196 ਦੇ ਟੀਕਾਕਰਨ ਤੋਂ ਬਾਅਦ ਲੋਕ ਵਾਪਸ ਭੇਜ ਦਿੱਤੇ ਗਏ। 7 ਜ਼ਿਲ੍ਹਿਆਂ 'ਚੋਂ 1-2 ਦਿਨ ਦਾ ਹੀ ਸਟਾਕ ਹੈ ਅਤੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ 'ਚੋਂ ਸ਼ੁੱਕਰਵਾਰ ਨੂੰ 300 ਵੈਕਸੀਨ ਦੀ ਡੋਜ਼ ਬਚੀ ਆ 1915 ਨੂੰ, ਜਦਕਿ ਨਵਾਂਸ਼ਹਿਰ ਵਿੱਚ 497 ਲੋਕਾਂ ਨੂੰ ਟੀਕਾ ਲਾਇਆ ਗਿਆ। ਮੁਸ਼ਕਲ ਦੇ ਨਾਲ ਹੁਣ 3 ਦਿਨ ਦਾ ਸਟਾਕ ਬਚਿਆ ਹੈ। ਤਰਨ ਤਾਰਨ ਦੇ ਵਿੱਚ 900 ਲੋਕਾਂ ਦਾ ਹੀ ਟੀਕਾਕਰਨ ਹੋਇਆ, ਇੱਥੇ ਸਿਰਫ 2000 ਡੋਜ਼ ਉਪਲਬਧ ਹੈ। ਹੁਸ਼ਿਆਰਪੁਰ ਵਿੱਚ 2755 ਨੂੰ ਟੀਕਾ ਲਾਇਆ ਗਿਆ। ਕਰੀਬ 6200 ਡੋਜ਼ ਹਾਲੇ ਵੀ ਉਪਲਬਧ ਹਨ। ਧੰਨਵਾਦ।